ਸੇਵ ਦਾ ਮਾਵਾ ਚਿਹਰੇ ਨੂੰ ਖੂਬਸੂਰਤ ਬਣਾਉਣ ਵਾਲੀ ਤੇ ਚਿਹਰੇ ਨੂੰ ਬੇਦਾਗ ਕਰਨ ਵਾਲੀ ਦੁਨੀਆ ਦੀ ਸਭ ਤੋਂ ਵਧੀਆ ਖੁਰਾਕ ਤੇ ਤਾਕਤ ਨੂੰ ਵਧਾਉਣ ਵਾਲੀ ਵੀ ਸਭ ਤੋਂ ਵਧੀਆ ਖੁਰਾਕ ਜਿਨ੍ਹਾਂ ਲੋਕਾਂ ਨੂੰ ਆਇਰਨ, ਕੈਲਸ਼ੀਅਮ ਤੇ ਵਿਟਾਮਿਨ B ਕੰਪਲੈਕਸ ਖਾਸ ਤੌਰ ਤੇ ਫੋਲਿਕ ਐਸਿਡ ਦੀ ਡੈਫੀਸ਼ੈਂਸੀ ਹੈ ਉਹਨਾਂ ਲੋਕਾਂ ਲਈ ਇਹ ਖੁਰਾਕ ਬਹੁਤ ਵਧੀਆ ਹੈ ਸੋ ਅੱਜ ਤੁਹਾਨੂੰ ਇਸੇ ਸੇਵ ਦੇ ਮਾਵੇ ਨੂੰ ਕਿਸ ਤਰ੍ਹਾਂ ਤਿਆਰ ਕਰਨਾ ਹੈ ਕਿੰਨੀਆਂ ਚੀਜ਼ਾਂ ਨਾਲ ਤਿਆਰ ਕਰਨਾ ਹੈ ਇਹਦੇ ਬਾਰੇ ਦੱਸਾਂਗੇ ਮੈਂ ਪ੍ਰਗਟ ਸਿੰਘ ਪੁੱਲਰ ਤੇ ਸਵਾਗਤ ਕਰਦੇ ਹਾਂ ਤੁਹਾਡਾ ਆਪਣੇ YouTube ਚੈਨਲ ਤੇ ਸੇਬ ਦਾ ਮਾਵਾ ਤਿਆਰ ਕਰਨ ਦੇ ਲਈ ਸਾਨੂੰ ਜੋ ਜ਼ਰੂਰੀ ਇੰਗਰੀਡੀਅੰਟਸ ਨੇ ਹੁਣ ਆਪਾਂ ਸਭ ਤੋਂ ਪਹਿਲਾਂ ਉਹ ਤੁਹਾਡੇ ਨਾਲ ਡਿਸਕਸ ਕਰਦੇ ਆਂ 3 ਕਿਲੋ ਅਸੀਂ ਤਾਜ਼ੇ ਸੇਬ ਲਵਾਂਗੇ ਜਿਨ੍ਹਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਪਾਣੀ ਦੇ ਵਿੱਚ ਤੋ ਲੈਣਾ 100 ਗ੍ਰਾਮ ਅਸੀਂ ਬਾਦਾਮ ਲੈਣੇ ਆ 100 ਗ੍ਰਾਮ ਅਸੀਂ ਨਾਰੀਅਲ ਦੀ ਗਿਰੀ ਜਾਂ ਨਾਰੀਅਲ ਦੀ ਟੁਠੀ ਸਿਰਫ 100 ਗ੍ਰਾਮ ਅਸੀਂ ਦੇਸੀ ਘਿਓ ਲਵਾਂਗੇ ਜਿਆਦਾ ਦੇਸੀ ਘਿਓ ਇਹਦੇ ਵਿੱਚ ਇਸਤੇਮਾਲ ਨਹੀਂ ਹੁੰਦਾ 100 ਗ੍ਰਾਮ ਅਸੀਂ ਸੌਗੀ ਇਸਤੇਮਾਲ ਕਰਾਂਗੇ 1 ਕਿਲੋ ਸੀ ਖੰਡ ਦਾ ਇਸਤੇਮਾਲ ਕਰਾਂਗੇ ਤੇ ਇਹਦਾ ਮਾਵੇ ਦਾ ਬੇਸ ਤਿਆਰ ਕਰਨ ਦੇ ਲਈ ਖੁਆ ਤਿਆਰ ਕਰਨ ਦੇ ਲਈ ਅਸੀਂ 1 ਕਿਲੋ ਸੇਬ ਪਿੱਛੇ 2 ਕਿਲੋ ਦੁੱਧ ਯਾਨੀ ਕਿ 6 ਕਿਲੋ ਦੁੱਧ ਦਾ ਇਸਤੇਮਾਲ ਕਰਾਂਗੇ ਤੇ ਨੈਕਸਟ ਆਪਾਂ ਡਿਸਕਸ ਕਰਦੇ ਹਾਂ ਜੀ ਇਹਨੂੰ ਬਣਾਉਣ ਦੇ ਤਰੀਕੇ ਬਾਰੇ ਬਹੁਤ ਸਵਾਦ ਬਣਦਾ ਬਹੁਤ ਟੇਸਟੀ ਬਣਦਾ ਤੇ ਬਹੁਤ ਹੀ ਜ਼ਿਆਦਾ ਤਾਕਤ ਵਾਲੀ ਖੁਰਾਕ ਹੈ ਹੁਣ ਅਸੀਂ ਸ਼ੁਰੂਆਤ ਕਰਾਂਗੇ ਜੀ ਸਭ ਤੋਂ ਪਹਿਲਾਂ ਦੁੱਧ ਤੋਂ ਖੁਆ ਤਿਆਰ ਕਰਨ ਦੀ ਇਹਦੇ ਲਈ ਅਸੀਂ ਚੁੱਲ੍ਹੇ ਦੀ ਅੱਗ ਤੇ ਸਭ ਤੋਂ ਪਹਿਲਾਂ ਇੱਕ ਬਹੁਤ ਭਾਰੀ ਤਲੇ ਵਾਲੀ ਕੜਾਈ ਨੂੰ ਰੱਖਾਂਗੇ ਮੈਂ ਹਮੇਸ਼ਾ ਚੁੱਲੇ ਦੀ ਅੱਗ ਨੂੰ ਹੀ ਪਸੰਦ ਕਰਦਾ ਕਿਉਂਕਿ ਇਹ ਮੱਠੀ ਅੱਗ ਹੁੰਦੀ ਹੈ ਤੇ ਇਹਦੇ ਵਿੱਚ ਚੀਜ਼ ਪਕਾਉਣ ਨਾਲ ਕਦੀ ਵੀ ਉਹਦੇ ਗੁਣ ਖਰਾਬ ਨਹੀਂ ਹੁੰਦੇ ਸਾਰਿਆਂ ਤੋਂ ਪਹਿਲਾਂ ਅਸੀਂ ਜੋ 6 ਕਿਲੋ ਦੁੱਧ ਲਿਆ ਸੀ ਉਹ ਕੜਾਈ ਦੇ ਵਿੱਚ ਸਹੀਜੇ ਸਹੀਜੇ ਅਸੀਂ ਪਾ ਦੇਣਾ ਤੇ ਹੁਣ ਮੱਠੀ ਅੱਗ ਤੇ ਅਸੀਂ ਦੁੱਧ ਨੂੰ ਉਬਾਲ ਆਉਣ ਦੇ ਲਈ ਛੱਡਾਂਗੇ ਬਟ ਨਾਲ ਦੀ ਨਾਲ ਅਸੀਂ ਇਸ ਦੁੱਧ ਨੂੰ ਹਿਲਾਉਂਦੇ ਜਾਵਾਂਗੇ ਕੜਾਈ ਦੇ ਵਿੱਚ ਤਾਂ ਕਿ ਦੁੱਧ ਜੋ ਥੱਲੇ ਨਾ ਲੱਗੇ ਕਰੀਬ ਅੱਧਾ ਘੰਟਾ ਦੁੱਧ ਨੂੰ ਅਸੀਂ ਅੱਗ ਦੇ ਉੱਤੇ ਉਬਾਲਣ ਤੋਂ ਬਾਅਦ ਕਾਫੀ ਜ਼ਿਆਦਾ ਰਿਡਿਊਸ ਕਰ ਚੁੱਕੇ ਹੁਣ ਖੁਆ ਬੰਨਾ ਸ਼ੁਰੂ ਹੋ ਗਿਆ ਕਾਫੀ ਜ਼ਿਆਦਾ ਥਿੱਕ ਹੋਣਾ ਸ਼ੁਰੂ ਹੋ ਗਿਆ ਦੁੱਧ ਤੇ ਇਸ ਸਟੇਜ ਤੇ ਤੁਸੀਂ ਬਿਲਕੁਲ ਵੀ ਦੁੱਧ ਨੂੰ ਹਿਲਾਉਣਾ ਬੰਦ ਨਹੀਂ ਕਰਨਾ ਨਹੀਂ ਤਾਂ ਦੁੱਧ ਆ ਜਿਹੜਾ ਸੜ ਕੇ ਥੱਲੇ ਲੱਗ ਜਾਏਗਾ ਜਿਨ੍ਹਾਂ ਲੋਕਾਂ ਨੂੰ ਆਇਰਨ ਦੀ ਡੈਫੀਸ਼ੀਐਂਸੀ ਆ ਜਿਨ੍ਹਾਂ ਲੋਕਾਂ ਦੇ ਹੱਥ ਪੈਰ ਬਹੁਤ ਠੰਡੇ ਰਹਿੰਦੇ ਆ ਜੀਭ ਅਕਸਰ ਸੁੱਜੀ ਰਹਿੰਦੀ ਆ ਬਹੁਤ ਜ਼ਿਆਦਾ ਕਮਜ਼ੋਰੀ ਡਿਜ਼ੀਨੈਸ ਫੀਲ ਹੁੰਦੀ ਆ ਉਹਨਾਂ ਲੋਕਾਂ ਲਈ ਇਹ ਖਰਾਕ ਬਹੁਤ ਵਧੀਆ ਹੈ ਇਸੇ ਤਰ੍ਹਾਂ ਜਿਨ੍ਹਾਂ ਨੂੰ ਫੋਲਿਕ ਐਸਿਡ ਯਾਨੀ ਕਿ ਵਿਟਾਮਿਨ B6 ਜਦੋਂ ਵਿਟਾਮਿਨ ਬੀ ਕੰਪਲੈਕਸ ਦੀ ਡੈਫੀਸ਼ੈਂਸੀ ਆਉਂਦੀ ਆ ਉਹਨਾਂ ਲੋਕਾਂ ਲਈ ਵੀ ਇਹ ਖੁਰਾਕ ਬਹੁਤ ਹੀ ਜਿਆਦੇ ਵਧੀਆ ਤੇ ਤਾਕਤਵਰ ਖੁਰਾਕ ਹੈ ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਲੋਕਾਂ ਨੂੰ ਕੈਲਸ਼ੀਅਮ ਦੀ ਕਮੀ ਹੋਣ ਦੇ ਕਰਕੇ ਜਿਹੜੀਆਂ ਬਿਮਾਰੀਆਂ ਲੱਗਦੀਆਂ ਨੇ ਉਹਨਾਂ ਲੋਕਾਂ ਲਈ ਵੀ ਬੜੀ ਵਧੀਆ ਚੀਜ਼ ਆ ਸਪੈਸ਼ਲ ਲਗਭਗ 10 ਮਿੰਟ ਅਸੀਂ ਹੋਰ ਪਕਾਵਾਂਗੇ ਤਾਂ ਫਿਰ ਸਾਡਾ ਖੋਆ ਬਣ ਕੇ ਤਿਆਰ ਹੋ ਜਾਏਗਾ ਫਿਰ ਇਹ ਸਹੀ ਕਨਸਿਸਟੈਂਸੀ ਤੇ ਸਹੀ ਟੈਕਸਚਰ ਦੇ ਵਿੱਚ ਆਏ ਜਾਏਗਾ ਜੋ ਥਿਕਨੈਸ ਸਾਨੂੰ ਚਾਹੀਦੀ ਹੈ ਖੋਏ ਦੀ ਉਸ ਥਿਕਨੈਸ ਦੇ ਵਿੱਚ ਅਸੀਂ ਖੋਆ ਤਿਆਰ ਕਰ ਰਹੇ ਹਾਂ ਤੇ ਕਰੀਬ 1 ਘੰਟੇ ਦੀ ਮਿਹਨਤ ਤੇ ਸਬਰ ਤੋਂ ਬਾਅਦ ਸਾਡਾ ਖੋਆ ਬਣ ਕੇ ਤਿਆਰ ਹੈ ਇੱਥੇ ਮੈਂ ਇੱਕ ਸਪੈਸ਼ਲ ਪੁਆਇੰਟ ਤੁਹਾਨੂੰ ਦੱਸਣਾ ਚਾਹੁੰਨਾ ਕੁਝ ਲੋਕ ਖੋਏ ਨੂੰ ਸਖਤ ਕਰ ਲੈਂਦੇ ਨੇ ਕਣੀ ਬਣਾ ਲੈਂਦੇ ਉਹ ਖਾਣ ਦੇ ਵਿੱਚ ਬਿਲਕੁਲ ਵੀ ਸਵਾਦ ਨਹੀਂ ਲੱਗਦਾ ਤੁਸੀਂ ਥੋੜਾ ਜਿਹਾ ਇਹਨੂੰ ਲਿਕੁਇਫਾਈਜ਼ ਪੇਸ ਨੂੰ ਸਮੂਥ ਹੀ ਰੱਖਿਓ ਫਿਰ ਖੋਏ ਦਾ ਜਿਹੜਾ ਸਵਾਦ ਆ ਨਾ ਉਹ ਕਿਸੇ ਵੀ ਚੀਜ਼ ਚ ਵਰਤੋਂਗੇ ਬੇਕਮਾਲ ਤੇ ਬੇਸ਼ੁਮਾਰ ਹੁੰਦਾ ਹੈ ਤੇ ਹੁਣ ਅਸੀਂ ਕੜਾਈ ਨੂੰ ਲਾਵਾਂਗੇ ਜੀ ਅੱਗ ਤੋਂ ਥੱਲੇ ਤੇ ਕੜਾਈ ਨੂੰ ਥੱਲੇ ਲਾਉਣ ਤੋਂ ਬਾਅਦ ਅਸੀਂ ਕੁਝ ਸਮਾਂ ਹੋਰ ਇਹਨੂੰ ਹਿਲਾਵਾਂਗੇ ਕੜਾਈ ਦੇ ਵਿੱਚ ਉਹਦਾ ਕਾਰਨ ਇਹ ਹੈ ਕਿ ਕੜਾਈ ਅਜੇ ਵੀ ਗਰਮ ਹੈ ਸੇਕ ਅਜੇ ਵੀ ਅੱਗ ਦਾ ਕੜਾਈ ਨੇ ਅਬਜ਼ਰਬ ਕੀਤਾ ਹੈ ਜੇ ਤੁਸੀਂ ਨਾ ਹਿਲਾਓਗੇ ਤਾਂ ਖੋਇਆ ਤੁਹਾਡਾ ਥੱਲੇ ਲੱਗ ਸਕਦਾ ਹੈ ਤੇ ਹੁਣ ਅਗਲੇ ਪ੍ਰੋਸੈਸ ਵੱਲ ਚੱਲਦੇ ਆਂ ਤੇ ਹੁਣ ਸਾਡਾ ਖੁਆ ਤਿਆਰ ਹੋ ਗਿਆ ਹੁਣ ਅਸੀਂ ਇਹਨੂੰ 2 ਘੰਟੇ ਲਈ ਸੈੱਟ ਹੋਣ ਲਈ ਰੱਖ ਦਿੱਤਾ ਹੈ ਇਸ ਤੋਂ ਬਾਅਦ ਅਸੀਂ ਸੇਬ ਨੂੰ ਜਿਸ ਤਰ੍ਹਾਂ ਅਸੀਂ ਗਾਜਰ ਨੂੰ ਬਿੱਲੀ ਕਸ਼ ਕਰਦੇ ਆਂ ਉਵੇਂ ਹੀ ਹੀ ਸੇਮ ਸੇਬ ਨੂੰ ਵੀ ਬਿੱਲੀ ਕਸ਼ ਕਰਾਂਗੇ ਜਾਂ ਕਹਿ ਲਓ ਵੀ ਕद्दूकश ਕਰਾਂਗੇ ਪਰ ਇੱਕ ਚੀਜ਼ ਦਾ ਧਿਆਨ ਰੱਖਿਓ ਕਿ ਛਿਲਕਾ ਨਹੀਂ ਉਤਾਰਨਾ ਬਿਲਕੁਲ ਵੀ ਸੇਬ ਦਾ ਕਿਉਂਕਿ ਸਾਰੇ ਗੁਣ ਸੇਬ ਦੇ ਜਿੰਨੇ ਵੀ ਨਿਊਟ੍ਰੀਸ਼ਨ ਵੈਲਿਊਜ਼ ਹੁੰਦੀਆਂ ਨੇ ਉਹ ਸਾਰੀਆਂ ਛਿਲਕੇ ਦੇ ਹੇਠ ਹੀ ਹੁੰਦੀਆਂ ਨੇ ਬੜੇ ਆਰਾਮ ਨਾਲ ਇਹਨੂੰ ਬਿੱਲੀ ਕਾਸ਼ ਕਰੋ ਕੱਦੂ ਕਾਸ਼ ਕਰੋ ਕੋਈ ਪ੍ਰੋਬਲਮ ਨਹੀਂ ਆਉ ਲ ਤੁਹਾਨੂੰ ਜਦੋਂ ਸੇਬ ਪੂਰੇ ਤਰੀਕੇ ਨਾਲ ਕੱਦੂ ਕਾਸ਼ ਜਾਂ ਬਿੱਲੀ ਕਾਸ਼ ਹੋ ਜਾਏਗਾ ਤਾਂ ਬੀਜ ਵਾਲਾ ਹਿੱਸਾ ਨਾ ਵਿੱਚ ਤੁਸੀਂ ਕ੍ਰਸ਼ ਕਰਿਓ ਕਿਉਂਕਿ ਬੀਜ ਅਸੀਂ ਇਹਦੇ ਵਿੱਚ ਨਹੀਂ ਲੈ ਕੇ ਜਾਣੇਗੇ ਸੋ ਇਸੇ ਤਰ੍ਹਾਂ ਅਸੀਂ ਬਾਕੀ ਦੇ ਸੇਬ ਨੂੰ ਵੀ ਪ੍ਰੋਸੈਸ ਕਰ ਲਵਾਂਗੇ ਤੇ ਫੇਰ ਅਸੀਂ ਇਸ ਨੂੰ ਪਕਾਉਣਾ ਸ਼ੁਰੂ ਕਰਾਂਗੇ ਹੁਣ ਫੇਰ ਚੁੱਲੇ ਦੀ ਅੱਗ ਤੇ ਵਾਪਸ ਉਸੇ ਕੜਾਈ ਨੂੰ ਜਿਹਦੇ ਵਿੱਚ ਅਸੀਂ ਖੋਆ ਬਣਾਇਆ ਸੀ ਰੱਖ ਕੇ ਇਹਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਜੋ ਅਸੀਂ ਬਿੱਲੀ ਕਸ਼ ਕੀਤੇ ਸੀ ਕੱਦੂ ਕਸ਼ ਕੀਤੇ ਸੀ ਸੇਬ ਉਹਨਾਂ ਨੂੰ ਪਾਵਾਂਗੇ ਹਲਕਾ ਜਿਹਾ ਰੰਗ ਇਹਨਾਂ ਦਾ ਬਰਾਊਨ ਹੋ ਜਾਏਗਾ ਕਿਉਂਕਿ ਸੇਬ ਵਿੱਚ ਆਇਰਨ ਦੀ ਮਾਤਰਾ ਬਹੁਤ ਵਧੀਆ ਹੁੰਦੀ ਹੈ ਤੇ ਇਹ ਹਵਾ ਨਾਲ ਆਕਸੀਡੇਸ਼ਨ ਕਰਦਾ ਹੈ ਸੋ ਘਬਰਾਉਣ ਦੀ ਕੋਈ ਲੋੜ ਨਹੀਂ ਇੱਕ ਨੇਚਰਲ ਪ੍ਰੋਸੈਸ ਹੈਗਾ ਹੁਣ ਸਾਰਿਆਂ ਤੋਂ ਪਹਿਲਾਂ ਅਸੀਂ ਸੇਬ ਨੂੰ ਪਕਾਉਣਾ ਸ਼ੁਰੂ ਕਰਨਾ ਹੈ ਪਰ ਇੱਥੇ ਇੱਕ ਗੱਲ ਦਾ ਧਿਆਨ ਰੱਖਿਓ ਕਿ ਜਿਸ ਤਰ੍ਹਾਂ ਅਸੀਂ ਗਾਜਰਾਂ ਨੂੰ ਨਚੋੜ ਕੇ ਉਹਨਾਂ ਦਾ ਪਾਣੀ ਕੱਢ ਲੈਂਦੇ ਹਾਂ ਨਾ ਉਹ ਗਲਤੀ ਇਹਦੇ ਵਿੱਚ ਨਹੀਂ ਕਰਨੀ ਕਿਉਂਕਿ ਸੇਬ ਨੂੰ ਕਦੀ ਵੀ ਨਚੋੜਿਆ ਨਹੀਂ ਜਾਂਦਾ ਜਿਵੇਂ ਅਸੀਂ ਸੇਬਾਂ ਨੂੰ ਕ੍ਰਸ਼ ਕਰਕੇ ਕੜਾਈ ਦੇ ਵਿੱਚ ਪਾਉਣਾ ਹੈ ਤੇ ਨਾਲ ਦੀ ਨਾਲ ਹੀ ਅਸੀਂ ਇਹਦੇ ਵਿੱਚ ਖੰਡ ਪਾ ਦੇਣੀ ਹੈ। ਅੱਧਾ ਕਿਲੋ ਤੋਂ ਲੈ ਕੇ 1 ਕਿਲੋ ਖੰਡ ਤੱਕ ਤੁਸੀਂ ਇਹਦੇ ਵਿੱਚ ਯੂਜ਼ ਕਰ ਸਕਦੇ ਹੋ ਲੋੜ ਮੁਤਾਬਕ। ਤੇ ਖੰਡ ਮਿਲਾ ਕੇ ਅਸੀਂ ਇਹਨੂੰ ਪਕਾਉਣਾ ਸਟਾਰਟ ਕਰਾਂਗੇ। ਬਿਲਕੁਲ ਹਲਕੀ ਅੱਗ ਤੇ ਅਸੀਂ ਲਗਭਗ 30 ਮਿੰਟ ਤੱਕ ਇਹਨੂੰ ਪਕਾਇਆ। ਹੁਣ ਸੇਬ ਦਾ ਸਾਰਾ ਪਾਣੀ ਸੁੱਕ ਚੁੱਕਾ ਹੈ ਖਾਂਡੇ ਦੇ ਵਿੱਚ ਮਿਕਸ ਹੋ ਗਈ ਹੈ। ਇਹਦੀ ਖੁਸ਼ਬੂ ਬਹੁਤ ਹੀ ਵਧੀਆ ਤੇ ਖਾਣ ਦੇ ਵਿੱਚ ਇਸੇ ਸਟੇਜ ਤੇ ਬਹੁਤ ਸਵਾਦ ਹੈ। ਬਟ ਅਸੀਂ ਇਹਨੂੰ ਹੋਰ ਵੀ ਸਵਾਦ ਬਣਾਉਣਾ ਹੈ, ਹੋਰ ਵੀ ਗੁਣਕਾਰੀ ਬਣਾਉਣਾ ਹੈ। ਸੋ ਸਭ ਤੋਂ ਪਹਿਲਾਂ ਅਸੀਂ ਇਹਦੇ ਵਿੱਚ ਹੁਣ ਐਡ ਕਰਾਂਗੇ ਜੀ ਜੋ ਅਸੀਂ 100 ਗ੍ਰਾਮ ਦੇਸੀ ਘਿਓ ਲਿਆ ਸੀ। ਘਿਓ ਵਿੱਚ ਪਕਾਉਣ ਨਾਲ ਚੀਜ਼ ਹੋਰ ਸਮੂਥ ਬਣਦੀ ਆ ਤੇ ਅਗਰ ਕੋਈ ਥੋੜੀ ਬਾਲੀ ਕਮੀ ਰਹਿ ਵੀ ਜਾਵੇ। ਕਿਉਂਕਿ ਪਾਣੀ ਵਿੱਚ ਪਕਾਉਣਾ ਅਲੱਗ ਚੀਜ਼ ਹੈ ਤੇ ਘਿਓ ਨਾਲ ਪਕਾਉਣਾ ਅਲੱਗ ਚੀਜ਼ ਹੈ ਬਹੁਤ ਸ਼ਾਨਦਾਰ ਕਲਰ ਆ ਗਿਆ ਗ੍ਰੀਨ ਕਲਰ ਬਿਲਕੁਲ ਅਰੋਮਾ ਜਿਹੜੀ ਸੇਫ ਦੀ ਤਰ੍ਹਾਂ ਹੀ ਆਦੀ ਬਹੁਤ ਟੇਸਟੀ ਐ ਇਸ ਇਸੇ ਜੇ ਦੇਖੋ ਬਹੁਤ ਹੀ ਸ਼ਾਨਦਾਰ ਕਲਰ ਆ ਰਿਹਾ ਬਹੁਤ ਸੋਹਣੀ ਅਰੋਮਾ ਹੈ ਦੀ ਹੁਣ ਅਸੀਂ ਇਹਨੂੰ ਘਿਓ ਦੇ ਨਾਲ ਪਕਾ ਰਹੇ ਹਾਂ ਸਹੀ ਜੇ ਸਹੀ ਜੇ ਮੱਠੀ ਮੱਠੀ ਅੱਗ ਤੇ ਇਹਨੂੰ ਮਿਲਾਉਂਦੇ ਚੱਲੋ ਮਨ ਵਿੱਚ ਕੋਈ ਵੀ ਸ਼ੰਕਾ ਨਾ ਰੱਖਿਓ ਕਿ ਇਹ ਸਵਾਦ ਨਹੀਂ ਬਣੇਗਾ ਸੇਬ ਨੂੰ ਲਗਭਗ 5 ਮਿੰਟ ਘਿਓ ਦੇ ਵਿੱਚ ਪਕਾਉਣ ਤੋਂ ਬਾਅਦ ਹੁਣ ਅਸੀਂ ਇਹਦੇ ਵਿੱਚ ਜੋ ਅਸੀਂ ਖੋਆ ਤਿਆਰ ਕੀਤਾ ਉਹ ਮਿਕਸ ਕਰਾਂਗੇ ਇੱਕ ਬੜੀ ਵੱਡੀ ਕਹਾਵਤ ਸੁਣੀ ਹੋਣੀ ਸੇਬ ਦੇ ਬਾਰੇ ਤੁਸੀਂ ਕਿ ਈਟ ਐ ਐਪਲ ਅ ਡੇ ਕੀਪ ਦਾ ਡਾਕਟਰ अवे ਮਤਲਬ ਕਿ ਇੱਕ ਦਿਨ ਵਿੱਚ ਇੱਕ ਸੇਬ ਖਾਓ ਤੇ ਡਾਕਟਰ ਦੀ ਤੁਹਾਨੂੰ ਲੋੜ ਹੀ ਨਹੀਂ ਪੈਂਦੀ ਸੋ ਹੁਣ ਅਸੀਂ ਖੋਆ ਮਿਕਸ ਕਰਨ ਜਾ ਰਹੇ ਹਾਂ ਜੀ ਇਹਦੇ ਵਿੱਚ ਬਹੁਤ ਹੀ ਟੇਸਟੀ ਤੇ ਬਹੁਤ ਹੀ ਜ਼ਿਆਦਾ ਵਧੀਆ ਰੋਮਾਂ ਵਾਲਾ ਮਾਵਾ ਤਿਆਰ ਕਰਾਂਗੇ ਤੇ ਇਸ ਤਰ੍ਹਾਂ ਅਸੀਂ ਚੰਗੀ ਤਰ੍ਹਾਂ ਖੋਏ ਨੂੰ ਤੇ ਸੇਵ ਦੇ ਮਾਵੇ ਨੂੰ ਆਪਸ ਦੇ ਵਿੱਚ ਮਿਕਸ ਕਰਨਾ ਹੈ ਜਿੰਨਾ ਲੋਕਾਂ ਨੂੰ ਬਲੈਮਿਸ਼ਸ ਤੇ ਪਿਗਮੈਂਟੇਸ਼ਨ ਦੀ ਸਮੱਸਿਆ ਜਾਨੀ ਕਿ ਛਾਈਆਂ ਦੀ ਸਮੱਸਿਆ ਉਹਨਾਂ ਲੋਕਾਂ ਲਈ ਇਹ ਖਾਣਕ ਬਹੁਤ ਵਧੀਆ ਹੈ ਖੂਨ ਦੀ ਕਮੀ ਵਾਲੇ ਪੇਸ਼ੈਂਟਸ ਦੇ ਲਈ ਇਹ ਖਾਣਕ ਬਹੁਤ ਵਧੀਆ ਹੈ ਤੇ ਪਹਿਲਾਂ ਜਿਵੇਂ ਕਿ ਮੈਂ ਦੱਸ ਹੀ ਚੁੱਕਾ ਹਾਂ ਆਇਰਨ ਕੈਲਸ਼ੀਅਮ ਤੇ ਵਿਟਾਮਿਨ B6 ਜਾਨੀ ਕਿ ਫੋਲਿਕ ਐਸਿਡ ਦੀ ਕਮੀ ਲਈ ਤਾਂ ਬਹੁਤ ਹੀ ਜਾਦੂਮਈ ਰਿਜ਼ਲਟ ਨੇ ਇਸ ਡਾਈਟ ਦੇ ਸੋ ਇਸ ਤਰ੍ਹਾਂ ਅਸੀਂ ਇਹਦੇ ਵਿੱਚ ਖੋਆ ਮਿਕਸ ਕਰ ਲਿਆ ਬੜਾ ਵਧੀਆ ਕਲਰ ਆ ਗਿਆ ਦੇਖੋ ਤੁਸੀਂ ਇਸ ਸਟੇਜ ਤੇ ਅਸੀਂ ਇਹਦੇ ਵਿੱਚ ਡਰਾਈ ਫਰੂਟਸ ਨੂੰ ਮਿਕਸ ਕਰਾਂਗੇ ਸਭ ਤੋਂ ਪਹਿਲਾਂ ਜਿਹੜਾ ਅਸੀਂ ਨਾਰੀਅਲ ਦੀ ਗਿਰੀ ਲਈ ਸੀ ਉਹਨੂੰ ਅਸੀਂ ਬਰੀਕ ਇਸ ਤਰ੍ਹਾਂ ਕੱਟ ਲੈਣਾ ਉਸ ਨੂੰ ਅਸੀਂ ਵਿੱਚ ਐਡ ਕਰ ਦੇਣਾ ਫਿਰ ਇਸ ਤੋਂ ਬਾਅਦ 100 ਗ੍ਰਾਮ ਜੋ ਅਸੀਂ ਸੌਗੀ ਲਈ ਸੀ ਉਹਨੂੰ ਵੀ ਅਸੀਂ ਐਡ ਕਰ ਦੇਣਾ ਹੈ ਇਹਦੇ ਵਿੱਚ ਫਿਰ ਇਸੇ ਤਰ੍ਹਾਂ ਜਿਹੜੇ ਅਸੀਂ 100 ਗ੍ਰਾਮ ਬਦਾਮ ਲਿਆ ਸੀ ਉਹਨਾਂ ਨੂੰ ਅਸੀਂ ਚੂਰਾ ਕਰ ਲੈਣਾ ਹੈ ਕੁੱਟ ਲੈਣਾ ਹੈ ਸਾਬਤ ਬਦਾਮਾਂ ਨੂੰ ਤੇ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਐਡ ਕਰ ਦੇਣਾ ਹੁਣ ਅਸੀਂ ਇਹਨੂੰ ਲਗਭਗ ਹੋਰ 5 ਮਿੰਟ ਦੇ ਲਈ ਹਲਕੀ ਅੱਗ ਤੇ ਇਹਨਾਂ ਨੂੰ ਪਕਾਵਾਂਗੇ ਤਾਂ ਤਾਂ ਕਿ ਜਿਹੜੇ ਡਰਾਈ ਫਰੂਟਸ ਨੇ ਨਾ ਉਹ ਵੀ ਥੋੜਾ ਜਿਹਾ ਇਹਨਾਂ ਦੇ ਵਿੱਚ ਪੱਕ ਜਾਣ ਤੇ ਉਹਨਾਂ ਦਾ ਜਿਹੜਾ ਅਸਰ ਆ ਉਹ ਖੋਏ ਦੇ ਵਿੱਚ ਆ ਜਾਵੇ ਤੁਸੀਂ ਦੇਖੋ ਕਿੰਨੇ ਸੋਹਣੇ ਲੱਗਦੇ ਪਏ ਆ ਡ్రਾਈ ਫਰੂਟ ਖਾਣ ਨੂੰ ਹੁਣੇ ਬਿਲ ਕਰਦਾ ਪਰ ਫਿਲਹਾਲ ਵੇਟ ਕਰੋ ਕਿ ਤੱਤਾ ਆ ਇਸ ਤਰ੍ਹਾਂ ਤਿਆਰ ਹੋ ਗਿਆ ਜੀ ਸਾਡਾ ਸੇਬ ਦਾ ਮਾਵਾ ਕਮਜ਼ੋਰੀ ਦਾ ਬਿਲਕੁਲ ਪੱਕਾ ਇਲਾਜ ਤੇ ਖੂਬਸੂਰਤੀ ਨੂੰ ਵਧਾਉਣ ਵਾਲੀ ਬਹੁਤ ਵਧੀਆ ਖਰਾਕ ਹੁਣ ਅਸੀਂ ਇਹਨੂੰ ਛੇਕ ਤੋਂ ਥੱਲੇ ਉਤਾਰ ਲੈਣਾ ਕੜਾਈ ਨੂੰ ਅੱਗ ਤੋਂ ਥੱਲੇ ਲਾ ਲੈਣਾ ਹੈ ਲਾਸਟ ਦੇ ਵਿੱਚ ਆਪਾਂ ਡਿਸਕਸ ਕਰਦੇ ਹਾਂ ਜੀ ਕਿ ਇਸ ਸੇਵ ਦੇ ਮਾਵੇ ਨੂੰ ਕਿਸ ਤਰ੍ਹਾਂ ਖਾਣਾ ਨੇ ਇਹਨੂੰ ਖਾਣ ਦੇ ਦੋ ਹੀ ਸਮੇਂ ਨੇ ਸਵੇਰ ਤੁਸੀਂ ਦੁੱਧ ਦੇ ਨਾਲ ਇਸ ਸੇਵ ਦੇ ਮਾਵੇ ਨੂੰ ਆਪਣੀ ਇੱਛਾ ਅਨੁਸਾਰ ਖਾ ਸਕਦੇ ਹੋ ਤੇ ਰਾਤ ਨੂੰ ਰੋਟੀ ਖਾਣ ਤੋਂ ਬਾਅਦ ਵੀ ਤੁਸੀਂ ਦੁੱਧ ਦੇ ਨਾਲ ਇਸ ਸੇਵੇ ਦੇ ਮਾਵੇ ਦਾ ਲਗਾਤਾਰ 15 ਦਿਨ ਉਪਯੋਗ ਕਰਿਓ ਇਹਦੇ ਬਹੁਤ ਹੀ ਸ਼ਾਨਦਾਰ ਰਿਜ਼ਲਟ ਨੇ ਬਹੁਤ ਟੇਸਟੀ ਬਣਨ ਵਾਲੀ ਏ ਡਾਈਟ ਸੋ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ ਇਸ ਵੀਡੀਓ ਨੂੰ ਵੀ ਹੋਰ ਨਾਲ ਲੋਕਾਂ ਤੱਕ WhatsApp Facebook YouTube ਤੇ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕ ਯੂ ਜੀ